ਵਾਟਰ ਡੇ ਤੇ ਅਰਥ ਡੇ ਬਹੁਤ ਹੀ ਇਹ ਕਾਮਨ ਡਾਊਟ ਗਾਇਸ ਸਟੂਡੈਂਟਸ ਦਾ ਤਾਂ ਗਾਇਸ ਅੱਜ ਤੋਂ ਬਾਅਦ ਇਹ ਡਾਊਟ ਤੁਸੀਂ ਨਹੀਂ ਪਨਪਨਦੇ ਹੋਗੇ ਅਲੱਗ-ਅਲੱਗ ਐਗਜ਼ਾਮਸ ਦੇ ਵਿੱਚ ਇਹ ਵਾਲਾ ਫੈਕਟ ਪੇਪਰ ਵਿੱਚ ਆਂਦਾ ਹੈ ਸੋ ਗਾਇਸ ਵਾਟਰ ਡੇ ਜਿਹੜਾ ਕਿ ਪਾਣੀ ਦਿਵਸ ਵਿਸ਼ਵ ਜਲ ਦਿਵਸ ਵੀ ਜਿਸ ਨੂੰ ਤੁਸੀਂ ਕਹਿੰਦੇ ਹੋ ਸੋ ਉਹ ਮਨਾਇਆ ਜਾਂਦਾ ਗਾਇਸ 22 ਮਾਰਚ ਦੋ ਬੂੰਦ ਜ਼ਿੰਦਗੀ ਦੇ ਹੈ ਨਾ ਟਾਈਪ ਪੁਆਇੰਟ ਬਿਲਕੁਲ ਤੁਸੀਂ ਰਿਲੇਟ ਕਰਦੇ ਹੋ ਸੋ 22 ਮਾਰਚ ਗਾਇਸ ਵਾਟਰ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ ਤੇ 22 ਅਪ੍ਰੈਲ ਗਾਇਸ ਦਾ ਵਰਲਡ ਅਰਥ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ ਐਕਚੁਅਲੀ ਦੇ ਵਿੱਚ ਇਹਨਾਂ ਦੇ ਪਿੱਛੇ ਦੀ ਕਹਾਣੀ ਕੁਝ ਇਦਾਂ ਦੀ ਹੈ ਕਿ ਜਿਹੜਾ ਵਰਲਡ ਵਾਟਰ ਡੇ ਹੈ ਵਿਸ਼ਵ ਜਲ ਦਿਵਸ ਸੋ ਗਾਇਸ ਇਹ 1993 ਈਸਵੀ ਤੋਂ ਹਰ ਸਾਲ 22 ਮਾਰਚ ਨੂੰ ਮਨਾਇਆ ਜਾਂਦਾ ਹੈ ਜਿਹੜਾ ਕਿ ਤਾਜ਼ੇ ਪਾਣੀ ਦੀ ਮਹੱਤਤਾ ਤੇ ਜ਼ਿਆਦਾ ਧਿਆਨ ਕੇਂਦ੍ਰਿਤ ਕਰਦਾ ਹੈ ਐਕਚੁਅਲੀ ਦੇ ਵਿੱਚ ਜਿਹੜਾ ਸਾਡਾ ਯੂਨਾਈਟਿਡ ਨੇਸ਼ਨਸ ਹੈ ਸੋ ਉਸ ਦੇ ਵੱਲੋਂ ਜਿਹੜਾ ਹੈਗਾ ਹੈ ਤੁਸੀਂ ਕਹਿ ਸਕਦੇ ਹੋ ਕਿ ਸਾਲਾਨਾ ਸਮਾਰੋਹ ਕੀਤਾ ਜਾਂਦਾ ਹੈ ਰਾਈਟ ਐਂਡ ਤੁਸੀਂ ਪੁਆਇੰਟ ਬਿਲਕੁਲ ਪਿਕ ਕਰ 파 ਰਹੇ ਹੋਗੇ ਜਿਹੜਾ ਫਰੈਸ਼ ਵਾਟਰ ਹੈ ਜਿਹੜਾ ਕਿ ਸਾਡੇ ਲਈ ਸਭ ਤੋਂ ਇੰਪੋਰਟੈਂਟ ਹੈ ਜਿਸ ਦੀ ਲਗਾਤ ਵੱਡੇ ਵੱਡੇ ਦੇਸ਼ ਦੁਬਈ ਵਰਗੇ ਦੇਸ਼ ਜਿੱਥੇ ਫ੍ਰੈਸ਼ ਵਾਟਰ ਦੀ ਲਗਾਤਾਰ ਘਾਟ ਦੇਖੀ ਜਾ ਰਹੀ ਹੈ ਐਨੀ ਡਿਵੈਲਪਡ ਕੰਟਰੀ ਗਾਈਜ਼ ਹੈਨਾ ਇੰਡੀਆ ਤੇ ਬਹੁਤ ਸਾਰੇ ਰੀਜਨਸ ਜਿੱਥੇ ਫ੍ਰੈਸ਼ ਵਾਟਰ ਦੀ ਘਾਟ ਹੈ ਸੋ ਉਹਨਾਂ ਸਭ ਦੇ ਪ੍ਰਤੀ ਇਹ ਸੰਕੇਤ ਹੈ ਸੰਭਲਨ ਦੀ ਲੋੜ ਹੈ ਅਰਥਡੇ ਗਾਈਜ਼ ਜਿਹੜਾ ਕਿ ਆਬਜ਼ਰਵ ਕੀਤਾ ਗਿਆ ਸੀ ਸਭ ਤੋਂ ਪਹਿਲਾਂ 1970 ਵਿੱਚ ਤੇ ਜਲ ਦਿਵਸ ਜਿਹੜਾ ਕਿ 1993 ਤੋਂ ਮਨਾਇਆ ਜਾ ਰਿਹਾ ਸੋ ਅਰਥਡੇ ਗਾਈਜ਼ ਜਿਹੜਾ ਕਿ ਅਸੀਂ ਇਹ ਚੀਜ਼ ਦੇਖ ਕੇ ਚੱਲ ਸਕਦੇ ਹਾਂ ਉਦੋਂ ਤੋਂ ਮਨਾਇਆ ਜਾ ਰਿਹਾ 1970 ਵਿੱਚ ਜਦੋਂ ਕਿ 20 ਮਿਲੀਅਨ ਲੋਕ ਵਾਤਾਵਰਣ ਦੇ ਵਿਗਾੜ ਦੇ ਖਿਲਾਫ ਵਿਰੋਧ ਕਰਨ ਲਈ ਸੜਕਾਂ 'ਤੇ ਉਤਰੇ ਸਨ ਰਾਈਟ ਸੋ ਰੋਡਸ 'ਤੇ ਉਤਰੇ ਸਨ ਸੜਕਾਂ 'ਤੇ ਉਤਰੇ ਸਨ ਸੋ ਇਹ ਵਾਲੀ ਗੱਲ ਬਿਲਕੁਲ ਤੁਸੀਂ ਬਿਆਨ ਵਿੱਚ ਰੱਖਦੇ ਹੋਏ ਚੱਲੋਗੇ ਸੋ ਗਾਇਸ ਇਹ ਇੱਕ ਇੰਪੋਰਟੈਂਟ ਕਨਸੈਪਟ ਸੀ ਜਿਸ ਨੂੰ ਕੀ ਤੁਸੀਂ ਇੱਥੇ ਸਮਝ ਪਾਏ ਹੋਗੇ ਤੇ ਇਹ ਜਿਹੜਾ ਇੱਕ ਵੱਡਾ ਡਾਊਟ ਸਟੂਡੈਂਟਸ ਵਿੱਚ ਆਮ ਤੌਰ ਤੇ ਰਹਿੰਦਾ ਹੈ ਐਸ ਪੁਆਇੰਟ ਨੂੰ ਤੁਸੀਂ ਪ੍ਰੋਪਰ ਕਨਸੈਪਟ ਦੇ ਨਾਲ ਕਲੀਅਰ ਕਰ ਪਾਏ ਹੋਗੇ ਐਂਡ ਗਾਇਜ਼ ਅਲੱਗ-ਅਲੱਗ ਤਰ੍ਹਾਂ ਦੇ ਐਗਜ਼ਾਮਸ ਦੀ ਪ੍ਰੈਪਰੇਸ਼ਨ ਲਈ ਪੀਐਸਟ, ਈਟੀਟੀ ਕੈਟਰ, ਮਾਸਟਰ ਕੈਟਰ, ਲੈਕਚਰਰ ਕੈਟਰ ਐਂਡ ਹੋਰ ਅਲੱਗ-ਅਲੱਗ ਤਰ੍ਹਾਂ ਦੇ ਐਗਜ਼ਾਮਸ ਲਈ ਤੁਸੀਂ ਸਾਡੇ ਨਾਲ ਜੁੜ ਕੇ ਪ੍ਰੈਪਰੇਸ਼ਨ ਆਪਣੀ ਸਟਾਰਟ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਹੈਲਪਲਾਈਨ ਨੰਬਰ ਤੁਹਾਡੇ ਸਾਹਮਣੇ ਸਕਰੀਨ ਤੇ ਹੈ ਗਾਇਜ਼ ਧੰਨਵਾਦ ਮਿਲਦੇ ਹਾਂ ਅਸੀਂ ਨੈਕਸ ਸੈਸ਼ਨ ਦੇ ਵਿੱਚ ਤੇ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਜ਼ਰੂਰ ਤੋਂ ਕਰ ਲੈਣਾ ਤੇ ਛੋਟੀ ਜਿਹੀ ਇਫੈਕਟ ਵੀਡੀਓ ਹਰ ਇੱਕ ਫਰੈਂਡ ਤੱਕ ਆਪਣੇ ਤੱਕ ਸ਼ੇਅਰ ਕਰ ਦੇਣਾ